ਦੋਸਤੋ ਇੱਕ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਜੋੜਨਾ ਕਰ ਰਹੇ ਹਾਂ ਦਰਸਲ 28 28 ਏਕੜ ਪੰਚਾਇਤੀ ਜ਼ਮੀਨ ਤੋਂ ਛੁਡਵਾਏ ਨੇ ਨਜਾਇਜ਼ ਕਬਜ਼ੇ 2000 ਜਿਵੇਂ ਕਿ 28000 2800 ਏਕੜ ਜ਼ਮੀਨ ਦੇ ਵਿੱਚੋਂ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਜਿਹੜੇ ਨੇ ਛੁਡਾਏ ਜਾ ਚੁੱਕੇ ਨੇ ਸੀਐਮ ਭਗਵੰਤ ਮਾਨ ਨੇ ਖੁਦ ਰੇਡ ਮਾਰ ਕੇ ਇਹ ਐਕਸ਼ਨ ਲਿਆ ਏ ਜਿਹੜੀ ਜ਼ਮੀਨ ਦੀ ਹੁਣ ਦੀ ਕੀਮਤ ਹੈ ਦਰਸਲ 350 ਕਰੋੜ ਰੁਪਏ ਤੋਂ ਵੱਧ ਜਿਹੜੀ ਹੈ ਕੀਮਤ ਦੱਸੀ ਜਾ ਰਹੀ ਹੈ ਤੇ ਸਭ ਤੋਂ ਵੱਡੀ ਤੇ ਅਹਿਮ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਸੰਗਰੂਰ ਤੋਂ ਸੰਸਦ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਤੋਂ ਵੀ ਸਰਕਾਰੀ ਜ਼ਮੀਨ ਛਡਾਈ ਜਾ ਚੁੱਕੀ ਹੈ ਜੀ ਹਾਂ ਤੁਸੀਂ ਸੱਚ ਸੁਣਿਆ ਏ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਤੋਂ ਇਮਾਨ ਇਮਾਨ ਸਿੰਘ ਤੋਂ ਵੀ ਜ਼ਮੀਨ ਜਿਹੜੀ ਹੈ ਛਡਾਈ ਜਾ ਚੁੱਕੀ ਹੈ ਦੱਸਣਾ ਚਾਹਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਦੇ ਕਬਜ਼ੇ ਤੋਂ ਜ਼ਮੀਨ ਜਿਹੜੀ ਹੈ ਉਹ ਛਡਵਾ ਲਈ ਹੈ 125 ਏਕੜ ਸਰਕਾਰੀ ਜ਼ਮੀਨ ਛਡਵਾਉਣਾ ਕੀਤੀ ਹੈ ਜਿਸ ਦੀ ਕੀਮਤ ਕਰੋੜਾਂ ਰੁਪਏ ਦੇ ਵਿੱਚ ਦੱਸੀ ਜਾ ਰਹੀ ਹੈ ਫਿਲਹਾਲ ਤੁਹਾਨੂੰ ਦੱਸਣਾ ਚਾਹਾਂਗੇ ਇਸ ਤੇ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਜਿਸ ਤਰ੍ਹਾਂ ਕਿ ਸੰਗਰੂਰ ਤੋਂ ਸੰਸਦ ਨੇ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਪੁੱਤਰ ਨੇ ਹੀ ਪ੍ਰਾਪਰਟੀ ਜਿਹੜੀ ਆ ਦੱਬੀ ਹੋਈ ਸੀ ਆਖਰ ਦੇ ਵਿੱਚ ਉਹ ਪ੍ਰਾਪਰਟੀ ਇੰਨੀ ਦੱਬ ਕੇ ਬੈਠੇ ਹੋਏ ਸੀ ਆਖਰ ਜਦੋਂ ਸਰਕਾਰ ਨੇ ਨੋਟਿਸ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ ਫਿਰ ਵੀ ਇੰਨੀ ਜ਼ਮੀਨ ਕਿਵੇਂ ਦੱਬ ਕੇ ਬੈਠੇ ਸੀ ਇਹ ਸਵਾਲ ਬਹੁਤ ਵੱਡਾ ਬਣਿਆ ਹੋਇਆ ਹੈ ਆਖਰ ਦੇ ਵਿੱਚ ਕੀ ਸਰਕਾਰ ਦੇ ਸੂਬਾ ਸਰਕਾਰ ਦੇ ਫੈਸਲੇ ਨੂੰ ਉਹ ਸਹੀ ਨਹੀਂ ਮੰਨਦੇ ਕੀ ਉਹ ਸਰਕਾਰ ਦੇ ਇਸ ਫੈਸਲੇ ਦੇ ਨਾਲ ਸਹਿਮਤੀ ਨਹੀਂ ਰੱਖਦੇ ਇਹ ਗੱਲ ਕੋਈ ਵੀ ਨਹੀਂ ਸਮਝ پا ਰਿਹਾ ਦਰਸਲ ਭਗਵੰਤ ਮਾਨ ਦੇ ਇਸ ਫੈਸਲੇ ਦੇ ਨਾਲ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਪੁੱਤਰ ਨੂੰ ਸਹਿਮਤੀ ਜਿਤਾਉਣੀ ਚਾਹੀਦੀ ਸੀ ਪਰ ਲੋਕਾਂ ਦਾ ਕਹਿਣਾ ਹੈ ਕੀ ਸਹਿਮਤੀ ਨਹੀਂ ਜਿਤਾਈ ਗਈ ਅੱਜ ਉਹਨਾਂ ਤੋਂ ਜ਼ਮੀਨ ਜਿਹੜੀ ਹੈ ਉਹ ਛਡਵਾਈ ਗਈ ਹੈ ਜੋ ਕਿ ਸਰਕਾਰੀ ਜ਼ਮੀਨ ਸੀ ਸਰਕਾਰੀ ਜ਼ਮੀਨ ਦੇ ਉੱਪਰ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀ ਉਹ ਜ਼ਮੀਨ ਜਿਹੜੀ ਹੈ ਉਹਨਾਂ ਤੋਂ ਛਡਵਾ ਲਈ ਗਈ ਹੈ ਆਖਰ ਦੇ ਵਿੱਚ ਕੁਝ ਲੋਕਾਂ ਨੇ ਇਸ ਨੂੰ ਸਹੀ ਦੱਸਿਆ ਤੇ ਕੁਝ ਲੋਕਾਂ ਨੇ ਭਗਵੰਤ ਮਾਨ ਦੇ ਉੱਪਰ ਸਵਾਲ ਵੀ ਖੜੇ ਕੀਤੇ ਨੇ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਨੇ ਇਸ ਬਾਰੇ ਆਪਣਾ ਕੋਈ ਵੀ ਪੱਖ ਸਾਂਝਾ ਨਹੀਂ ਕੀਤਾ ਤੇ ਲੋਕਾਂ ਦਾ ਮੰਨਣਾ ਹੈ ਕਿ ਉਹ ਜਲਦੀ ਹੀ ਆਪਣਾ ਪੱਖ ਸਾਂਝਾ ਕਰਨਗੇ ਤੇ ਲੋਕਾਂ ਨੂੰ ਇਸ ਬਾਰੇ ਸਹੀ ਜਾਣਕਾਰੀ ਜਿਹੜੀ ਹੈ ਜ਼ਰੂਰ ਦੇਣਗੇ ਲੋਕਾਂ ਨੂੰ ਇਸ ਬਾਰੇ ਜ਼ਰੂਰ ਦੱਸਣਗੇ ਕਿ ਸਹੀ ਗੱਲ ਕੀ ਹੈ ਸਹੀ ਪੱਖ ਕੀ ਹੈ ਇਸ ਦੀ ਜਾਣਕਾਰੀ ਜਿਹੜੀ ਹੈ ਲੋਕਾਂ ਨੂੰ ਜ਼ਰੂਰ ਦੇਣਗੇ ਹਾਲਾਂਕਿ ਸਭ ਤੋਂ ਵੱਡੀ ਗੱਲ ਜਿਹੜੀ ਹੈ ਇੱਥੇ ਸਾਹਮਣੇ ਆ ਰਹੀ ਹੈ ਕਿ ਜ਼ਮੀਨ ਦੇ ਕਬਜ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਪਹਿਲੋਂ ਹੀ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ ਜਦ ਕਿ ਇਹ ਜ਼ਮੀਨ ਬਹੁਤ ਪਹਿਲਾਂ ਆਪ ਖੁਰ ਤੋਂ ਛੱਡ ਦੇਣੀ ਚਾਹੀਦੀ ਸੀ ਜਿਸ ਤਰ੍ਹਾਂ ਕਿ ਗਾਇਕਾ ਕੌਰਵੀ ਨੇ ਵੀ ਆਪਣੀ ਸਰਕਾਰੀ ਜ਼ਮੀਨ ਦੇ ਵਿੱਚ ਬਣੀ ਹੋਈ ਕੋਠੀ ਛੱਡ ਦਿੱਤੀ ਸੀ ਸਰਕਾਰ ਦੇ ਫੈਸਲੇ ਦੇ ਨਾਲ ਸਹਿਮਤ ਹੋ ਚੁੱਕੇ ਸੀ ਤੇ ਹੰਸ ਰਾਜ ਹੰਸ ਹੋਣਾ ਨੇ ਵੀ ਆਪਣੀ ਸਰਕਾਰੀ ਜ਼ਮੀਨ ਜਿਹੜੀ ਹੈ ਛੱਡ ਦਿੱਤੀ ਸੀ ਉਹਨਾਂ ਨੇ ਵੀ ਆਪਣਾ ਕਬਜ਼ਾ ਉੱਥੋਂ ਹਟਾ ਲਿਆ ਸੀ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਬੀਬੀ ਰਜਿੰਦਰ ਕੌਰ ਪਠੱਲ ਜੋ ਕਿ ਪੰਜਾਬ ਦੇ ਸਾਬਕਾ ਸੀਐਮਬੀ ਰਹਿ ਚੁੱਕੇ ਨੇ ਬੀਬੀ ਜੀ ਨੇ ਆਪਣੀ ਜ਼ਮੀਨ ਜਿਹੜੀ ਹੈ ਸਰਕਾਰੀ ਜਿਹਦੇ ਉੱਪਰ ਉਹਨਾਂ ਦਾ ਕਬਜ਼ਾ ਸੀ ਉਹ ਵੀ ਉਹਨਾਂ ਨੇ ਛੱਡ ਦਿੱਤੀ ਐ ਸੋ ਵੀ ਉਹ ਤਿਆਗ ਚੁੱਕੇ ਸੀ ਨਜਾਇਜ਼ ਕਬਜ਼ੇ ਜਿਨ੍ਹਾਂ ਲੋਕਾਂ ਨੇ ਕੀਤੇ ਹੋਏ ਸੀ ਕੁਝ ਲੋਕਾਂ ਨੇ ਕਬਜ਼ੇ ਜਿਹੜੇ ਸੀ ਛੱਡ ਦਿੱਤੇ ਸੀ ਕੁਝ ਲੋਕਾਂ ਨੇ ਕਬਜ਼ੇ ਆਪਣੇ ਆਪ ਤੋਂ ਤਿਆਗੇ ਪਰ ਕੁਝ ਲੋਕਾਂ ਤੋਂ ਨਜਾਇਜ਼ ਛੁਡਵਾਏ ਗਏ ਕਾਫੀ ਗੱਲਾਂ ਜੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਰ ਜੇ ਗੱਲ ਕਰੀਏ ਸੰਗਰੂਰ ਤੋਂ ਸੰਸਦ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਲਗਾਤਾਰ ਜ਼ਮੀਨ ਦੱਬ ਕੇ ਬੈਠੇ ਹੋਏ ਸੀ ਉਹਨਾਂ ਦੇ ਪੁੱਤਰ ਇਮਾਨ ਸਿੰਘ ਮਾਨ ਦੇ ਕੋਲੋਂ ਜ਼ਮੀਨ ਜਿਹੜੀ ਆ ਛੁਡਵਾਈ ਗਈ ਹੈ ਫਿਲਹਾਲ ਸੱਚ ਕੀ ਹੈ ਇਹ ਜਿਹੜਾ ਜ਼ਰੂਰ ਆਪਣਾ ਪੱਖ ਰੱਖਣਗੇ ਸਿਮਰਨਜੀਤ ਸਿੰਘ ਮਾਨ ਫਿਲਹਾਲ ਸਰਕਾਰੀ ਜ਼ਮੀਨ ਦੇ ਉੱਪਰ ਕਬਜ਼ਾ ਜਿਹੜਾ ਉਹਨਾਂ ਨੇ ਕੀਤਾ ਹੋਇਆ ਸੀ ਜਿਸ ਦੀ ਕੀਮਤ ਲਗਭਗ ਕਰੋੜਾਂ ਦੇ ਵਿੱਚ ਦੱਸੀ ਜਾ ਰਹੀ ਹੈ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਸੰਸਦ ਨੇ ਪਾਰਲੀਮੈਂਟ ਮੈਂਬਰ ਨੇ ਤੇ ਅਗਰ ਉਹੀ ਇਹ ਕੰਮ ਕਰਨਗੇ ਤਾਂ ਫਿਰ ਇਹਦਾ ਜ਼ਿੰਮੇਵਾਰ ਕੌਣ ਹੈ ਤੇ ਜਾਂ ਫਿਰ ਜਵਾਬਦੇਹ ਕੌਣ ਹੈ ਇਹ ਚੀਜ਼ ਕਹੀ ਜਾ ਰਹੀ ਹੈ ਤੇ ਉਹਨਾਂ ਦੇ ਪੁੱਤਰ ਨੂੰ ਇਹ ਚਾਹੀਦਾ ਸੀ ਕਿ ਜ਼ਮੀਨ ਉਹਨਾਂ ਨੂੰ ਕਬਜ਼ਾ ਛੱਡ ਦੇਣਾ ਚਾਹੀਦਾ ਸੀ ਤੇ ਉਹ ਪਹਿਲੋਂ ਹੀ ਛੱਡ ਦੰਦੇ ਪਰ ਅੱਜ ਖੁਦ ਰੇਡ ਮਾਰ ਕੇ ਭਗਵੰਤ ਮਾਨ ਹੋਰਾਂ ਨੇ ਇਹ ਜ਼ਮੀਨ ਛਡਾਈ ਹੈ ਤੇ ਇਸ ਦਾ ਜਿਹੜਾ ਬਹੁਤ ਵੱਡਾ ਖਮਿਆਜਾ ਭੁਗਤਣਾ ਪਏਗਾ ਤੇ ਗੱਲ ਕਹੀ ਜਾ ਰਹੀ ਹੈ ਕਿ ਜ਼ਮੀਨ ਛਡਵਾਈ ਗਈ ਹੈ ਜ਼ਬਰਦਸਤੀ ਛਡਵਾਈ ਗਈ ਹੈ ਹਾਲਾਂਕਿ ਜ਼ਮੀਨ ਜਿਹੜੀ ਹੈ ਛਡਵਾ ਤੇ ਲਈ ਗਈ ਹੈ ਪਰ ਸਿਮਰਨਜੀਤ ਸਿੰਘ ਮਾਨ ਦੇ ਉੱਪਰ ਸਵਾਲ ਜਿਹੜੇ ਨੇ ਬਹੁਤ ਵੱਡੇ ਪੈਦਾ ਹੋ ਚੁੱਕੇ ਨੇ ਹਾਲਾਂਕਿ ਸੰਗਰੂਰ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਭਗਤ ਸਿੰਘ ਦੇ ਉੱਪਰ ਟਿੱਪਣੀ ਕਰਨ ਦੇ ਮਾਮਲੇ ਤੇ ਵੀ ਕਾਫੀ ਚੀਜ਼ਾਂ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਕਾਫੀ ਸਵਾਲਾਂ ਦਾ ਜਿਹੜੇ ਜਵਾਬ ਨੇ ਉਹ ਦੇਣੇ ਪੈ ਰਹੇ ਨੇ ਕਾਫੀ ਸਵਾਲਾਂ ਦੇ ਘੇਰਿਆਂ ਦੇ ਵਿੱਚ ਨੇ ਸਿਮਰਨਜੀਤ ਸਿੰਘ ਮਾਨ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਕਾਫੀ ਸਵਾਲ ਜਿਹੜੇ ਨੇ ਉਹਨਾਂ ਦੇ ਉੱਪਰ ਚੜੇ ਹੋਏ ਨੇ ਕਾਫੀ ਸਵਾਲਾਂ ਦੇ ਘੇਰਿਆਂ ਦੇ ਵਿੱਚ ਉਹ ਲੱਗੇ ਹੋਏ ਨੇ ਪਰ ਆਖਰ ਦੇ ਵਿੱਚ ਇਹ ਸਵਾਲਾਂ ਦੇ ਘੇਰੇ ਕਦੋਂ ਟੁੱਟਣਗੇ ਇਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਤੇ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਹੈ ਹੋਰ ਵੀ ਸਾਹਮਣੇ ਆ ਰਹੀ ਹੈ ਭਗਵੰਤ ਮਾਨ ਜਿਹੜੇ ਨੇ ਬਹੁਤ ਹੀ ਸਖਤ ਨਜ਼ਰ ਆ ਰਹੇ ਨੇ ਭਗਵੰਤ ਮਾਨ ਨੇ ਆਪਣਾ ਸ਼ਕਤੀ ਦਾ ਰੁਖ ਜਿਹੜਾ ਉਹ ਅਪਣਾਇਆ ਹੋਇਆ ਏ ਦੱਸਣਾ ਚਾਹਾਂਗੇ ਭਗਵੰਤ ਮਾਨ ਸਰਕਾਰ ਸਖਤੀ ਕਰ ਰਹੀ ਹੈ ਤੇ ਕੁਝ ਸਖਤੀ ਜਿਹੜੀ ਹੈ ਉਹਨਾਂ ਦੀ ਖਾਸ ਦਿਖਦੀ ਪਈ ਹੈ ਵੱਡੀ ਖਬਰ ਹੈ ਸੀਐਮ ਭਗਵੰਤ ਮਾਨ ਨੇ ਇਸ ਵਿਭਾਗ ਦੇ ਅਫਸਰਾਂ ਨੂੰ ਸਖਤ ਹੁਕਮ ਦਿੱਤੇ ਨੇ ਕੁਝ ਦੱਸਣਾ ਚਾਹਾਂਗੇ ਪੰਜਾਬ ਮੰਡੀ ਬੋਰਡ ਦੇ ਅਫਸਰਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਇਸ ਦੀ ਜਾਣਕਾਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਟਵਿੱਟਰ ਹੈਂਡਲ ਦੇ ਦਿੱਤੀ ਗਈ ਹੈ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਮੰਡੀ ਬੋਰਡ ਦੇ ਅਫਸਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ ਮੰਡੀ ਬੋਰਡ ਅਧੀਨ ਆਉਂਦੀਆਂ ਪਿੰਡੂ ਲਿੰਕ ਸੜਕਾਂ ਦੀ ਮੁਰੰਮਤ ਨਾਲ ਹੀ ਸੜਕਾਂ ਦੀ ਚੌੜਾਈ ਵਧਾਉਣ ਦੇ ਨਿਰਦੇਸ਼ ਦਿੱਤੇ ਨੇ ਤੇ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਬਣਾਉਣ ਲਈ ਸੜਕਾਂ ਕਿਨਾਰੇ 2 ਲੱਖ ਬੂਟੇ ਲਗਾਉਣ ਦਾ ਟੀਚਾ ਵੀ ਜਲਦ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਆਖਿਆ ਗਿਆ ਏ ਇਹ ਉਹਨਾਂ ਨੇ ਖੁਦ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਹੁਣ ਇੱਕ ਗੱਲ ਜਿਹੜੀ ਹੈ ਹੋਰ ਸਾਹਮਣੇ ਆ ਰਹੀ ਹੈ ਭਗਵੰਤਮਾਨ ਲਗਾਤਾਰ ਧਮਾਕੇ ਕਰਦੇ ਜਾ ਰਹੇ ਨੇ ਤੇ ਸਭ ਤੋਂ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਜਿਹੜੀ ਹੈ ਹਾਸਲ ਹੋਈ ਹੈ ਭਗਵਾਨਤਮਾਨ ਸਰਕਾਰ ਵੱਲੋਂ ਗਠਿਤ ਕੀਤੀ ਗਈ ਐਸਟੀਐਫ ਟੀਮ ਦੇ ਵੱਲੋਂ ਕਾਫੀ ਤੌਰ ਤੇ ਨਸ਼ਾ ਸਮਗਲਰਾਂ ਨੂੰ ਬਚਾਉਣ ਲਈ ਕਰੀਬ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਐਡੀਸ਼ਨਲ ਐਸਐਚਓ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਮੁਲਜ਼ਮ ਥਾਣਾ ਲੋਪੋਕੇ ਐਡੀਸ਼ਨਲ ਐਸਐਚਓ ਨਰਿੰਦਰ ਸਿੰਘ ਦੱਸਿਆ ਜਾ ਰਿਹਾ ਸੀ ਖਬਰਾਂ ਦੀ ਮੰਨੀਏ ਤਾਂ ਇਹ ਮਾਮਲਾ ਇਸੇ ਸਾਲ ਦੇ ਮਈ ਮਹੀਨੇ ਵਿੱਚ ਸਾਹਮਣੇ ਆਇਆ ਸੀ ਜਦੋਂ ਹਿਰੋਇਨ ਸਮਗਲਿੰਦ ਦੇ ਮਾਮਲੇ ਵਿੱਚ ਸਮਗਲਰਾਂ ਨੂੰ ਬਚਾਉਣ ਲਈ ਸਬੰਧਤ ਥਾਣੇ ਦੀ ਪੁਲਿਸ ਦੇ ਅਫਸਰ ਨਰਿੰਦਰ ਸਿੰਘ ਵੱਲੋਂ ਉਕਤ ਸਮਗਲਰਾਂ ਕੋਲੋਂ 10 ਲੱਖ ਰੁਪਏ ਲਏ ਗਏ ਸੀ ਇਸ ਸਬੰਧ ਵਿੱਚ ਪੁਲਿਸ ਨੇ ਪਹਿਲਾਂ ਤਾਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਅਤੇ ਬਾਅਦ ਵਿੱਚ ਇਹ ਮਾਮਲਾ ਐਸਟੀਐਫ ਕੋਲ ਚਲਾ ਗਿਆ ਸੀ ਉਕਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਐਸਟੀਐਫ ਵੱਲੋਂ ਕਾਰਵਾਈ ਕਰਦਿਆਂ ਹੋਈ ਬੀਤੀ ਹੋਇਆ ਬੀਤੇ ਦਿਨ ਐਡੀਸ਼ਨਲ ਐਸਐਚਓ ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਾਫੀ ਜਿਵੇਂ ਸਖਤੀ ਕੀਤੀ ਜਾ ਰਹੀ ਹੈ ਜਿਵੇਂ ਪੰਚਾਇਤੀ ਜ਼ਮੀਨਾਂ ਛੜਾਏ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਦੂਜੇ ਪਾਸੇ ਨਸ਼ਾ ਤਸਕਰਾਂ ਦੇ ਉੱਪਰ ਵੀ ਜਿਹੜੀ ਹੈ ਸਖਤੀ ਕੀਤੀ ਜਾ ਰਹੀ ਹੈ ਨਸ਼ਾ ਵੇਚਣ ਵਾਲਿਆਂ ਤੇ ਸਖਤੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਜੇ ਕੋਈ ਆਪਣੇ ਵਿਭਾਗ ਦਾ ਬੰਦਾ ਵੀ ਹੈ ਤਾਂ ਉਸ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਕਾਫੀ ਸਖਤ ਸਟ੍ਰਿਕਟ ਨਜ਼ਰ ਆ ਰਹੀ ਹੈ ਮਾਨ ਸਰਕਾਰ ਤੇ ਕਾਫੀ ਥੋੜੇ ਸਮੇਂ ਦੇ ਵਿੱਚ ਕਾਫੀ ਵੱਡੀਆਂ ਮਾਰਾਂ ਵੀ ਜਿਹੜੀਆਂ ਨੇ ਮਾਨ ਸਰਕਾਰ ਨੇ ਮਾਰ ਲੀਆਂ ਨੇ ਆਖਰਕਾਰ ਭਗਵੰਤ ਮਾਨ ਜਿਵੇਂ ਕਹਿੰਦੇ ਸੀ ਕਿ ਇਹ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਵਾਂਗੂ ਹੀ ਕੰਮ ਕਰੇਗੀ ਉਹ ਚੀਜ਼ਾਂ ਜਿਹੜੀਆਂ ਨੇ ਸਾਫ਼ ਅੱਜ ਕੀਤੀਆਂ ਜਾ ਰਹੀਆਂ ਨੇ ਸੁਣਿਲਦੇ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰਾਖਾ